ਦੇਸੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਅਸੀਂ ਪਹੁੰਚੇ ਹਾਂ ਜੀ ਸੰਗਰਾਂਦ ਫਿਲਮ ਦੇ ਪਬਲਿਕ ਰਿਵਿਊ ਲੈਣ। ਗੈਵੀ ਚਾਹਲ ਤੇ ਸ਼ਰਨ ਕੌਰ ਦੀ ਫਿਲਮ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ। ਦਰਸ਼ਕਾਂ ਨੂੰ ਪੁੱਛਦੇ ਹਾਂ ਫਿਲਮ ਦੇ ਬਾਰੇ ਉਹਨਾਂ ਦੇ ਕੀ ਰਿਵਿਊ ਨੇ, ਕਿਵੇਂ ਦੀ ਲੱਗੀ ਹੈ ਫਿਲਮ, ਗੈਵੀ ਚਾਹਲ ਦੇ ਵੱਖ ਵੱਖ ਸ਼ੇਡਸ ਦੇ ਜਿਹੜੇ ਕੈਰੇਕਟਰ ਨੇ ਉਹ ਕਿਵੇਂ ਦੇ ਲੱਗ ਰਹੇ ਨੇ, ਸ਼ਰਨ ਕੌਰ ਤੇ ਗੈਵੀ ਦੀ ਜੋੜੀ ਕਿਹੋ ਜਿਹੀ ਲੱਗੀ ਹੈ, ਸ਼ਰਨ ਕੌਰ ਦਾ ਕੰਮ ਕਿਵੇਂ ਲੱਗਿਆ, ਆਓ ਆਪਾਂ ਦਰਸ਼ਕਾਂ ਨੂੰ ਪੁੱਛਦੇ ਹਾਂ ਤੇ ਕਰਦੇ ਹਾਂ ਸੰਗਰਾਂਦ ਫਿਲਮ ਦੇ ਪਬਲਿਕ ਰਿਵਿਊ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਮੂਵੀ ਜੀ, ਬਹੁਤ ਵਧੀਆ। ਮੇਰੇ ਵੱਲੋਂ ਤਾਂ 5 ਤੋਂ 10 ਹੀ ਲੈ ਲਓ ਜੀ, ਬਹੁਤ ਵਧੀਆ ਮੂਵੀ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਸੋਹਣੀ ਮੂਵੀ ਮੈਮ, ਬਹੁਤ ਵਧੀਆ ਮੂਵੀ ਸੀ, ਬਹੁਤ ਵਧੀਆ, ਸਾਰੇ ਪਰਿਵਾਰ 'ਚ ਬੈਠਣ ਵਾਲੀ ਮੂਵੀ, ਦੇਖਣ ਵਾਲੀ ਮੂਵੀ ਸੀ, ਬਹੁਤ ਇੰਜੋਏ ਕੀਤਾ। ਸਭ ਤੋਂ ਖਾਸ ਇਹ ਹੈ ਵੀ ਇਹ ਦਰਸਾਉਂਦੀ ਹੈ ਵੀ ਕਿੱਦਾਂ ਕੋਈ ਬੇਗਨਾਹ ਜਿੱਦਾਂ ਮਾਰਿਆ ਜਾਂਦਾ ਹੈ ਨਾ ਕਿਸੇ ਨੂੰ ਸ਼ੱਕ ਦੇ ਆਧਾਰ ਤੇ। ਹਾਂ ਬਹੁਤ ਵਧੀਆ, ਬਹੁਤ ਵਧੀਆ ਲੱਗੀ। ਵਧੀਆ ਲੱਗੀ ਜੀ, ਅੱਛੀ ਲੱਗੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਲੱਗੀ, ਬਹੁਤ ਜ਼ਿਆਦਾ ਅੱਛੀ ਮੂਵੀ ਹੈ, ਬਹੁਤ ਜ਼ਿਆਦਾ, ਸਟੋਰੀ ਲਾਈਨ ਬਹੁਤ ਅੱਛੀ ਸੀ, ਸਟੋਰੀ ਲਾਈਨ ਬਹੁਤ ਅੱਛੀ ਸੀ, ਬਹੁਤ ਵਧੀਆ, ਨਾਈਸ, ਬਹੁਤ ਸੋਹਣੀ ਪਿਕਚਰ ਲੱਗੀ, ਅੱਛੀ ਲੱਗੀ ਹੈ, ਡਿਫਰੈਂਟ ਚੀਜ਼ ਹੈ ਜੀ, ਐਕਸੀਲੈਂਟ ਕੰਮ ਹੈ ਸਭ ਦਾ, ਐਕਸੀਲੈਂਟ ਹੈ ਮੈਮ ਮੂਵੀ, ਕਾਫੀ ਐਕਸ਼ਨਸ ਐਂਡ ਆਲ ਗੁੱਡ ਹੈ, ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਜੀ। ਫਿਲਮ ਦੀ ਜਿਹੜੀ ਸਟੋਰੀ ਆ ਉਹ ਮੋਰਲ ਸਿਖਾਉਂਦੀ ਹੈ ਇੱਕ, ਹੈ ਨਾ, ਇਹਦਾ ਸਿੱਟਾ ਇਹ ਨਿਕਲ ਰਿਹਾ ਬੇਸਿਕਲੀ ਕਿ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਆ, ਹੈ ਨਾ, ਲੜਾਈਆਂ ਜਿਹੜੀ ਚੱਲਦੀਆਂ ਹੁੰਦੀਆਂ ਖਾਨਦਾਨ 'ਚ ਉਹ ਭੁੱਲ ਭੁਲਾ ਕੇ। ਬਹੁਤ ਵਧੀਆ ਸੀ ਸਾਰਾ, ਸੌਂਗ ਵੀ ਅੱਛੇ ਸੀ, ਔਰ ਆਪਣਾ ਜਿਵੇਂ ਜਿਵੇਂ ਰਿਸ਼ਤਿਆਂ ਦੀ ਅਹਿਮੀਅਤ ਰੱਖਣੀ ਚਾਹੀਦੀ ਹੈ, ਲੜਾਈ ਨੂੰ ਭੁਲਾ ਕੇ ਸਾਰਾ ਕੁਛ ਪਿਆਰ ਅਤੇ ਰਿਸ਼ਤਿਆਂ ਦਾ ਨਾਲ ਰਹਿਣਾ ਚਾਹੀਦਾ। ਬਹੁਤ ਵਧੀਆ ਸੀ, ਬਹੁਤ ਬਹੁਤ ਸਾਰੇ ਦੇਖਣ, ਉਹ ਬਹੁਤ ਵਧੀਆ ਮੂਵੀ ਹੈ, ਬਹੁਤ ਵਧੀਆ, ਫਿਲਮ ਬਹੁਤ ਵਧੀਆ ਸੀ, ਮੇਰਾ ਬੜਾ ਵਧੀਆ ਮਤਲਬ ਜਿਹੜਾ ਸੀਗਾ ਆਪਣਾ ਸਟੋਰੀ ਬਹੁਤ ਵਧੀਆ, ਔਰ ਬਹੁਤ ਵਧੀਆ ਢੰਗ ਨਾਲ ਸੰਗਰਾਂਦ ਨੂੰ ਬਹੁਤ ਅੱਛੇ ਢੰਗ ਨਾਲ ਰੁੱਤਾਂ ਕਿਵੇਂ ਬਦਲਦੀਆਂ ਪੇਸ਼ ਕੀਤਾ ਗਿਆ, ਬਹੁਤ ਵਧੀਆ ਰੋਲ ਸੀਗਾ ਗੈਵੀ ਦਾ, ਬਹੁਤ ਬਹੁਤ ਅੱਛੀ ਲੱਗੀ ਫਿਲਮ, ਹਾਂਜੀ, ਐਂਡਿੰਗ ਬਹੁਤ ਵਧੀਆ ਲੱਗੀ, 4.5, ਬਹੁਤ ਕਮਾਲ, ਬਹੁਤ ਵੱਖਰਾ ਹੈ, ਬਹੁਤ ਕਮਾਲ ਆ ਸਭ ਕੁਛ, ਸਟੋਰੀ ਬਹੁਤ ਕਮਾਲ, ਬਹੁਤ ਕਮਾਲ, ਬਹੁਤ ਵਧੀਆ ਸੀ ਵੀਰੇ, ਬਹੁਤ ਸਭ ਤੋਂ ਖਾਸ ਜਿਹੜਾ ਕਨਸੈਪਟ ਆ ਨਾ ਬਹੁਤ ਵਧੀਆ ਚੁਣਿਆ ਹੋਇਆ, ਐਕਸ਼ਨ ਵਧੀਆ ਬਹੁਤ। ਸੋ ਆਡੀਅੰਸ ਦੇ ਰਿਵਿਊ ਤੁਸੀਂ ਸੁਣ ਲਏ ਨੇ, ਤੇ ਜੇਕਰ ਇਸ ਪੋਜ਼ਿਟਿਵ ਰਿਸਪੌਂਸ ਨੂੰ ਵੇਖ ਕੇ ਤੁਹਾਡਾ ਵੀ ਮਨ ਕਰ ਰਿਹਾ ਇਸ ਫਿਲਮ ਨੂੰ ਵੇਖਣ ਜਾਣ ਦਾ, ਜ਼ਰੂਰ ਵੇਖ ਕੇ ਆਓ। ਤੁਹਾਡੇ ਨੇੜੇ ਦੇ ਸਿਨੇਮਾ ਘਰਾਂ 'ਚ ਪਹੁੰਚ ਚੁੱਕੀ ਹੈ ਫਿਲਮ ਸੰਗਰਾਂਦ, ਜਿਸ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਗੈਵੀ ਚਾਹਲ ਤੇ ਸ਼ਰਨ ਕੌਰ। ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ, ਧੰਨਵਾਦ।